हालात बहुत ज्यादा निगर गए, इदां दे हालात हो गए। साकीकार इतिहासकार कहिंदा भुखे मरन दी नौबत आ गई। रोंदे करलाउंदे डिगदे टिंदे अपने कर्मां नूं रोंदे लाहौर पहुंच गए। ते जदों जाके भाई लद्दा जी दा दरवाजा खटखटाया, भाई लद्दे नूं पता लगा भी गुरु अर्जन पातशाह दे दरबार दे हजूरी रबाबी गुरु के निंदक ओह आए ने। ਇਹ ਦਰਵਾਜ਼ਾ ਖੋਲਣ ਨੂੰ ਆਖਦੇ ਨੇ, ਪਰ ਭਾਈ ਲੱਦਾ ਦਰਵਾਜ਼ੇ ਦੇ ਅੰਦਰਲੇ ਪਾਸੇ ਇਹਨਾਂ ਨੂੰ ਸਾਫ ਕੋਰਾ ਜਵਾਬ ਭਾਈ ਲੱਦੇ ਨੇ ਦੇ ਦਿੱਤਾ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਵਚਨ ਹੈ ਵੀ ਕੋਈ ਇਹਨਾਂ ਨੂੰ ਮੱਥੇ ਨਾ ਲਾਵੇ, ਇਸ ਕਰਕੇ ਮੱਥੇ ਨਹੀਂ ਲਾਇਆ ਜਾ ਸਕਦਾ, ਤੁਸੀਂ ਚਲੇ ਜਾਓ। ਤੁਸਾਂ ਗੁਰੂ ਸਾਹਿਬਾਨ ਬਾਰੇ ਜੋ ਸ਼ਬਦਾਵਲੀ ਬੋਲੀ ਹੈ ਉਹ ਬੋਲੇ ਹੋਏ ਸ਼ਬਦ ਦੁਬਾਰਾ ਮੂੰਹ 'ਚ ਨਹੀਂ ਪੈ ਸਕਦੇ। ਸਿਆਣੇ ਕਹਿੰਦੇ ਨੇ ਬੋਲ ਜ਼ਬਾਨੋਂ ਤੇ ਤੀਰ ਕਮਾਨੋਂ ਨਿਕਲਿਆ ਕਦੇ ਵਾਪਸ ਨਹੀਂ ਆਉਂਦਾ। ਇਹ ਗੱਲ ਕਹੀ ਜਦੋਂ ਭਾਈ ਲੱਦੇ ਨੇ, ਇਹਨਾਂ ਦੀ ਇੱਕ ਆਖਰੀ ਉਮੀਦ ਸੀ ਉਹ ਵੀ ਟੁੱਟ ਗਈ। ਕਹਿੰਦੇ ਨੇ ਧਾ ਕਰਕੇ ਭਾਈ ਲੱਦੇ ਨੇ ਵਾਰ ਵਾਰ ਦਰਵਾਜ਼ੇ ਦੇ ਵਾਰ ਵਾਰ ਧਾ ਕਰਕੇ ਡਿੱਗੇ, ਤਰਲੇ ਕੀਤੇ, ਮਿੰਤਾਂ ਕੀਤੀਆਂ, ਸਾਡਾ ਗੁਨਾਹ ਬਹੁਤ ਵੱਡਾ ਅਸੀਂ ਜਾਣਦੇ ਹਾਂ, ਪਰ ਇੱਕ ਆਖਰੀ ਕਿਰਨ ਤੁਹਾਡੇ ਰੂਪ ਸਾਨੂੰ ਮਿਲੀ ਹੈ।
कृपा करके साडे कोलों नूं ना खो, कृपा करके सानूं गुरु अर्जन साहिब महाराज सब सच्चे पातशाह दे चरणां चों बख्शा लो। पर किवें बख्शाया जा सकदा है? गुरु अर्जन साहिब महाराज सब सच्चे पातशाह ने फैसला कीता है जिहड़ा बंदा इन्हां दा गवाह बन के आएगा जां इन्हां नूं बख्शाउण दी गल आएगा करेगा उहनूं असीं नशर करांगे। ते नशर किवें कीता जा सकदा है, किवें कीता जांदा है? जिस व्यक्ति नूं नशर करना होवे ना ਉਹਦਾ ਮੂੰਹ ਕਾਲਾ ਕਰਕੇ ਉਹਦੇ ਗਲ ਵਿੱਚ ਟੁੱਟੇ ਛਿੱਤਰਾਂ ਦਾ ਹਾਰ ਪਾ ਕੇ ਉਹਨੂੰ ਗਧੇ ਤੇ ਬਿਠਾਇਆ ਜਾਂਦਾ ਪਿਛਲੇ ਪਾਸੇ ਨੂੰ ਮੂੰਹ ਕਰਕੇ ਤੇ ਨਾਲ ਇੱਕ ਢੋਲ ਵਾਲਾ ਢੋਲ ਤੇ ਡਗਾ ਮਾਰਦਾ ਹੋਵੇ ਜਿਹਨੂੰ ਨਸ਼ਰ ਕੀਤਾ ਜਾਂਦਾ ਹੈ ਨਾ। ਇਹ ਨਸ਼ਰ ਕੀਤੇ ਜਾਣ ਦਾ ਤਰੀਕਾ ਹੈ। ਇਹ ਗੱਲ ਉਹਨੇ ਜਦੋਂ ਸੁਣੀ ਪਹਿਲਾਂ ਤੇ ਉਹਨੇ ਜਵਾਬ ਦੇ ਦਿੱਤਾ, ਪਰ ਜਦੋਂ ਉਹਨੇ ਉਹਨਾਂ ਨੂੰ ਰੋਂਦਿਆਂ ਵੇਖਿਆ ਉਹਨਾਂ ਦੇ ਨੈਣਾਂ ਵਿੱਚੋਂ ਡਿੱਗਦੇ ਅੱਥਰੂ ਵੇਖੇ ਉਹਨੂੰ ਫਿਰ ਇੱਕ ਗੁਰੂ ਦਾ ਸਿਧਾਂਤ ਚੇਤੇ ਆਇਆ ਕਿ ਪਾਤਸ਼ਾਹ ਕਹਿੰਦੇ ਨੇ ਜਿਹੜਾ ਸ਼ਰਣੇ ਆਵੇ ਉਹਨੂੰ ਧੱਕਾ ਨਹੀਂ ਦੇਈਦਾ ਕਦੇ। ਜੋ ਸ਼ਰਣੇ ਆਵੇ ਤੇ ਸਕੰਠ ਲਾਵੇ ਇਹ ਬਿਰਧ ਸਵਾਮੀ ਸੰਦਾ, ਇਹ ਪਰਮੇਸ਼ਰ ਦਾ ਸੁਭਾਅ ਹੈ, ਇਹ ਗੁਰੂ ਦਾ ਸੁਭਾਅ ਹੈ। ਤੇ ਜੇ ਗੁਰੂ ਦਾ ਸੁਭਾਅ ਇਹ ਹੈ ਤੇ ਗੁਰੂ ਦਾ ਪਿਆਰਾ ਵੀ ਤੇ ਇਹੋ ਜਿਹਾ ਹੋਣਾ ਚਾਹੀਦਾ ਨਾ। ਭਗਤ ਕਬੀਰ ਸਾਹਿਬ ਜੀ ਮਹਾਰਾਜ ਉਹਨਾਂ ਦਾ ਇੱਕ ਬਚਨ ਹੈ, ਕਹਿੰਦੇ ਨੇ ਮਨ ਵਿੱਚ ਇੱਕ ਖਿਆਲ ਪੈਦਾ ਹੋਇਆ ਕਿ ਕਿਉਂ ਨਾ ਰੱਬ ਦਾ ਪਿਆਰਾ ਬਣਿਆ ਜਾਏ ਤੇ ਰੱਬ ਦਾ ਪਿਆਰਾ ਕਿਹੋ ਜਿਹਾ ਹੋ ਸਕਦਾ। ਕਬੀਰ ਰੋੜਾ ਹੋਏ ਰੋਬਾਟਕਾ ਤਦ ਮਨ ਕਾ ਬਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲਿਆ ਭਗਵਾਨ। ਵਿਆਖਿਆ ਵੱਲ ਨਹੀਂ ਜਾਵਾਂਗਾ, ਸ਼ਬਦ ਬੜੀ ਆਸਾਨੀ ਦੇ ਨਾਲ ਸਮਝਾਉਣ ਵਾਲੇ ਨੇ। ਫਿਰ ਕਹਿੰਦੇ ਨੇ ਕਬੀਰ ਰੋੜਾ ਹੁਆ ਤੋ ਕਿਆ ਭਇਆ, ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉ ਧਰਮੀ ਮੈਂ ਖੇ। ਫਿਰ ਮਨ ਵਿੱਚ ਇੱਕ ਖਿਆਲ ਪੈਦਾ ਹੋਇਆ ਕਿ ਰੋੜਾ ਵੀ ਮਨੁੱਖਤਾ ਨੂੰ ਤੰਗ ਕਰਦਾ, ਆਉਂਦੇ ਜਾਂਦੇ ਲੋਕਾਂ ਦੇ ਪੈਰ ਪਾੜਦਾ, ਠੇਡੇ ਲਾਉਂਦਾ। ਮਨ ਵਿੱਚ ਖਿਆਲ ਪੈਦਾ ਹੋਇਆ ਵੀ ਰੋੜਾ ਨਹੀਂ, ਤੂੰ ਖੇ ਬਣ ਜਾ, ਖਾਕ ਬਣ ਜਾ। ਫਿਰ ਕਹਿੰਦੇ ਨੇ ਖਿਆਲ ਆਇਆ, ਖੇ ਹੋਈ ਤੋਂ ਕਿਆ ਪਾਇਆ, ਜਿਉ ਉੱਡ ਲੱਗੇ ਅੰਗ, ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ, ਤੂੰ ਪਾਣੀ ਵਰਗਾ ਬਣ ਜਾ। ਫਿਰ ਮਨ ਚ ਖਿਆਲ ਆਇਆ ਕਿ ਪਾਣੀ ਸਰਦੀਆਂ ਚ ਠੰਡਾ ਹੋ ਜਾਂਦਾ ਹੈ, ਜੇ ਗਰਮੀ ਹੋ ਜਾਏ ਤੇ ਤੱਤਾ ਵੀ ਹੋ ਜਾਂਦਾ, ਸੁਭਾਅ ਬਦਲ ਜਾਂਦਾ ਆਪਣਾ। ਕਹਿੰਦੇ ਨਹੀਂ ਨਹੀਂ ਨਹੀਂ, ਪਾਣੀ ਹੋ ਤਾਂ ਕਿਆ ਪਿਆ ਸੀਰਾ ਤਾਤਾ ਹੋਏ। ਅੱਗੇ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ, ਰੱਬ ਦਾ ਪਿਆਰਾ ਵੀ ਤੇ ਰੱਬ ਵਰਗਾ ਹੀ ਹੁੰਦਾ ਨਾ। ਇਹ ਖਿਆਲ ਜਦੋਂ ਭਾਈ ਲੱਭੇ ਦੇ ਮਨ ਵਿੱਚ ਪੈਦਾ ਹੋਇਆ ਉਹਨੇ ਆਖਿਆ ਜਾਓ ਚਲੇ ਜਾਓ, ਮੈਂ ਤੁਹਾਡੇ ਨਾਲ ਦਾਅਵਾ ਕਰਨਾ ਵਾਅਦਾ ਕਰਦਾ ਮੇਰੀ ਕੋਸ਼ਿਸ਼ ਰਹੇਗੀ, ਅੱਗੋਂ ਗੁਰੂ ਕੀ ਬਖਸ਼ਿਸ਼ ਹੈ ਮੈਂ ਤੁਹਾਨੂੰ ਬਖਸ਼ਾ ਦੇਵਾਂਗਾ। ਮਿਲੀ ਇਹ ਕਾਸ ਦੀ ਕਰਨ ਵਾਪਸ ਪਰਤ ਆ ਜਾਂਦਾ, ਪਰ ਆਖਰ ਭਾਈ ਲੱਤਾ ਕਰੇਗਾ ਕਿਵੇਂ? ਦਿਨ ਚੜਿਆ ਅਗਲਾ, ਉੱਠਿਆ ਅੰਮ੍ਰਿਤ ਵੇਲੇ, ਨਿਤਰੀਮ ਕਰਨ ਤੋਂ ਉਪਰੰਤ ਉਹਨੇ ਉਹ ਕਿਰਿਆ ਦੁਹਰਾਈ ਜਿਹਦਾ ਜ਼ਿਕਰ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕੀਤਾ ਹੈ। ਕੋਈ ਕਿਸੇ ਨੂੰ ਬਖਸ਼ਾਉਣ ਵਾਸਤੇ ਇਸ ਹੱਦ ਤੱਕ ਵੀ ਜਾ ਸਕਦਾ ਹੈ? ਖਿਆਲ ਕਰਿਓ, ਆਪਣੇ ਹੱਥੀਂ ਆਪਣੇ ਮੂੰਹ ਤੇ ਕਾਲ ਕਪੋਤੀ, ਆਪਣੇ ਗਲ ਵਿੱਚ ਟੁੱਟੇ ਹੋਏ ਛਿੱਤਰਾਂ ਦਾ ਹਾਰ ਪਾਇਆ, ਆਪਣੇ ਨਾਲ ਇੱਕ ਢੋਲ ਵਾਲੇ ਨੂੰ ਲਿਆ, ਇਸ ਤਰੀਕੇ ਦੇ ਨਾਲ ਭਾਈ ਲੱਦਾ ਲਾਹੌਰੋਂ ਤੁਰਿਆ ਤੇ ਅੰਮ੍ਰਿਤਸਰ ਪਹੁੰਚਿਆ। ਗੁਰੂ ਦਰਬਾਰ ਦੇ ਨੇੜੇ ਪਹੁੰਚ ਗਿਆ। ਉਹ ਢੋਲ ਵਾਲਾ ਢੋਲ ਤੇ ਡਗਾ ਮਾਰ ਰਿਹਾ ਹੈ, ਇੱਕ ਵਿਅਕਤੀ ਹੈ ਜਿਹਨੇ ਗਲ ਵਿੱਚ ਟੁੱਟੇ ਛਿੱਤਰਾਂ ਦਾ ਹਾਰ ਪਾਇਆ, ਮੂੰਹ ਕਾਲਾ ਕੀਤਾ ਹੈ ਤੇ ਖੋਤੇ ਤੇ ਪਛਾਣ ਨੂੰ ਮੂੰਹ ਕਰਕੇ ਬੈਠਾ ਹੈ, ਤੇ ਤਮਾਸ਼ਬੀਨ ਤਮਾਸ਼ਾ ਵੇਖਣ ਵਾਲੇ ਤੇ ਧੱਕੇ ਨਾਲ ਇਕੱਠੇ ਹੋ ਜਾਂਦੇ ਨੇ। ਬਹੁਤ ਸਾਰੇ ਲੋਕ ਬੜੀ ਵਾਰ ਇਕੱਠੀ ਹੋ ਗਈ, ਢੋਲ ਦੀ ਆਵਾਜ਼ ਗੁਰੂ ਦਰਬਾਰ ਦੇ ਨੇੜੇ ਆਈ ਜਾਂਦੀ ਹੈ। ਇੱਕ ਸਿੱਖ ਨੂੰ ਸਤਿਗੁਰਾਂ ਨੇ ਵੇਖਣ ਵਾਸਤੇ ਭੇਜਿਆ ਕਿ ਪਤਾ ਕਰੋ ਕਾਹਦਾ ਰੌਲਾ ਰੱਪਾ ਹੈ। ਸਿੱਖ ਗਿਆ, ਜਦੋਂ ਉਹ ਵਾਪਸ ਪਰਤ ਕੇ ਆਇਆ ਉਹਨੇ ਆਖਿਆ ਮਹਾਰਾਜ ਲਾਹੌਰੋਂ ਆਇਆ ਭਾਈ ਲੱਦਾ, ਤੇ ਬੜੀ ਅਨੋਖੀ ਵੇਸ ਭੂਸ਼ਾ ਬਣਾਈ। ਸੋ ਕਹਿਣ ਲੱਗੇ ਕੀ ਹੈ? ਉਹਨੇ ਸਾਰੀ ਕਹਾਣੀ ਦੱਸੀ। ਹਜ਼ੂਰ ਪਾਤਸ਼ਾਹ ਦੇ ਹੁਕਮ ਦੇ ਨਾਲ ਭਾਈ ਲੱਦਾ ਜੀ ਉਹਨਾਂ ਨੂੰ ਬੁਲਾਇਆ ਗਿਆ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ 'ਚ ਪਹੁੰਚੇ ਨੇ ਭਾਈ ਲੱਦਾ। ਗੁਰੂ ਚਰਨਾਂ 'ਚ ਨਮਸਕਾਰ ਕਰਕੇ ਸਭ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਦੇ ਵਿੱਚ ਹੱਥ ਜੋੜ ਕੇ ਜੋ ਅਰਦਾਸ ਮਹਾਨ ਉਸ ਪਰਉਪਕਾਰੀ ਸ਼ਖਸੀਅਤ ਭਾਈ ਲੱਦੇ ਨੇ ਕੀਤੀ ਹੈ, ਜ਼ਿਕਰ ਕਰੋ, ਜ਼ਿਕਰ ਸੁਣੋ। ਢਾਡੀ ਸਿੰਘ ਆਪ ਸਿੱਖ ਸੰਗਤਾਂ ਦੇ ਸਨਮੁੱਖ ਉਸ ਬੇਨਤੀ ਨੂੰ ਇਉਂ